ਸਾਡੀ ਜ਼ਿੰਦਗੀ ਵਿੱਚ ਜੇ ਕੋਈ ਦੁੱਖ ਆ ਜਾਏ ਤੇ ਦੁੱਖ ਕੱਟਣਾ ਬਹੁਤ ਔਖਾ ਹੁੰਦਾ, ਪਰ ਸੁੱਖ ਦੀਆਂ ਜਿਹੜੀਆਂ ਘੜੀਆਂ ਨੇ ਬੜੀ ਛੇਤੀ ਲੰਘ ਜਾਇਆ ਕਰਦੀਆਂ। ਜਦੋਂ ਅਸੀਂ ਸੰਗਤ ਕਰਦੇ ਹਾਂ ਨਾ, ਜਿਹੜੀ ਚੀਜ਼ ਸਾਨੂੰ ਫ੍ਰੀ ਵੱਟੇ ਮਿਲਦੀ ਹੋਵੇ, ਜਿਹੜੀ ਚੀਜ਼ ਸਾਨੂੰ ਸੌਖੇ ਭਾਅ ਮਿਲ ਗਈ ਹੋਵੇ, ਜਿਹੜੀ ਚੀਜ਼ ਸਾਨੂੰ ਫ੍ਰੀ ਵੱਟੇ ਮਿਲਦੀ ਹੋਵੇ, ਹਮੇਸ਼ਾ ਉਹਦੀ ਕਦਰ ਘੱਟ ਹੁੰਦੀ। ਪਰ ਗੁਰਮੁਖੋ, ਕਦਰ ਉਦੋਂ ਪੈਂਦੀ ਜਦੋਂ ਸਾਨੂੰ ਉਸ ਵਸਤੂ ਦਾ ਅਹਿਸਾਸ ਹੁੰਦਾ ਹੈ। ਤੇ ਅਹਿਸਾਸ ਪਤਾ ਕਦੋਂ ਹੁੰਦਾ ਹੈ? ਹੁਣ ਵੇਖੋ, ਇੱਕ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਜਾਂਦਾ, ਜਾਂਦੇ ਹੋ? ਇੱਕ ਬੰਦਾ ਸਵੇਰ ਨੂੰ ਗਿਆ ਮਿਸਤਰੀ ਨਾਲ ਦਿਹਾੜੀ ਜਾਂਦਾ, ਲੇਬਰ ਕਰਦਾ, ਜਾਂ ਕੋਈ ਬੰਦਾ ਫੈਕਟਰੀ 'ਚ ਜਾਂਦਾ ਹੈ, ਕਿਤੇ ਵੀ ਕੋਈ ਕੰਮ ਕਰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਬਹੁਤੀ ਮਿਹਨਤ ਕੀਤੀ। ਸ਼ਾਮ ਨੂੰ ਜਿਹੜਾ ਮਾਲਕ ਉਹ 500-700 ਰੁਪਈਆ ਦਿੰਦਾ, ਦਿਹਾੜੀ ਦਿੰਦਾ, ਜੇ ਉਹ 500-700 ਰੁਪਈਆ ਆਪਣੇ ਘਰ ਆਉਂਦੇ ਆਉਂਦੇ ਤਾਂ ਕਿਤੇ ਡਿੱਗ ਜੇ, ਪੈਸੇ ਡਿੱਗ ਜਾਣ। ਸਤਸੰਗ ਜੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਲਾਈ ਹੋਵੇ, ਤਸਲਾ ਚੁੱਕਿਆ ਹੋਵੇ, ਜਦੋਂ ਮਾਇਆ ਡਿੱਗੇਗੀ ਨਾ, ਘਰ ਆ ਕੇ ਸਾਨੂੰ ਰੋਟੀ ਚੰਗੀ ਨਹੀਂ ਲੱਗਣੀ, ਘਰ ਆ ਕੇ ਪਾਣੀ ਚੰਗਾ ਨਹੀਂ ਲੱਗਣਾ। ਭਾਵੇਂ ਰੁਪਈਆ 500 ਏ, ਪਰ ਮਨ ਵਿੱਚ ਇਹ ਆਏਗਾ, ਯਾਰ ਇੱਡੀ ਮਿਹਨਤ ਨਾਲ, ਇੱਡੀ ਭਾਵਨਾ ਨਾਲ ਸਾਰੀ ਦਿਹਾੜੀ ਮਿਹਨਤ ਕੀਤੀ, ਪੱਲੀ ਕੱਖ ਨਹੀਂ ਹੋਇਆ। ਇੱਕ ਤਾਂ ਇਹ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਕੀਤੀ। ਇੱਕ ਕੀ, ਮੇਰੇ ਵਰਗਾ ਲੰਘਦਾ ਲੰਘਦਾ ਕਿਸੇ ਨੂੰ 500 ਰੁਪਈਆ ਫੜਾ ਜੇ, ਤੇ ਜੇ ਉਹ ਡਿੱਗ ਜੇ, ਆਪਾਂ ਕਹਿੰਦੇ ਕੋਈ ਨੀ, ਜਿਵੇਂ ਆਏ ਸੀ ਉਵੇਂ ਚਲੇ ਗਏ, ਆਪਾਂ ਨੂੰ ਕਿਹੜਾ ਕਿਸੇ ਨੇ, ਆਪਾਂ ਕਿਹੜਾ ਦਿਹਾੜੀ ਕੀਤੀ, ਆਪਾਂ ਕਿਹੜਾ ਤਸਲਾ ਚੁੱਕੇ, ਜਿਵੇਂ ਆਏ ਸੀ ਉਵੇਂ ਲੰਘ ਗਏ। ਜਿਹੜੀ ਮਿਹਨਤ ਕਰਕੇ ਕਮਾਈ ਕਰਨੀ, ਸਾਰੀ ਦਿਹਾੜੀ ਤਸਲਾ ਚੁੱਕ ਕੇ ਕਮਾਈ ਕਰਨੀ, ਉਹਦਾ ਡਿੱਗਣ ਦਾ ਸਤਸੰਗ ਜੀ ਫਰਕ ਪਏਗਾ। ਚੇਤੇ ਰੱਖਿਓ, ਆ ਸਤ ਸੰਗਤ ਦੀਆਂ ਘੜੀਆਂ, ਸੰਗਤ ਵਿੱਚ ਬਹਿਣਾ, ਸੰਗਤ ਵਿੱਚ ਜੁੜਨਾ, ਇਹ ਸਾਨੂੰ ਪਤਾ ਪਤਾ ਕਦੋਂ ਲੱਗਣਾ ਹੈ? ਅਜੇ ਤਾਂ ਸਾਨੂੰ ਐਂ ਲੱਗਦਾ ਵੀ ਅਸੀਂ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਆ ਕੇ, ਸਾਡੇ ਵਰਗੇ ਲੱਖਾਂ ਲੋਕ ਗੁਰੂ ਦੇ ਚਰਨਾਂ 'ਚ ਬਹਿ ਕੇ ਜਾ ਕੇ। ਸਰੀਰ ਚੱਲਦਾ, ਸਾਹ ਚੱਲਦੇ ਨੇ, ਲੱਤਾਂ ਤੰਦਰੁਸਤ ਨੇ, ਹੱਥ ਪੈਰ ਚੱਲਦੇ ਨੇ, ਅੱਖਾਂ ਦਿਸਦਾ ਹੈ, ਕੰਨਾਂ ਤੋਂ ਸੁਣਦਾ ਹੈ, ਅਜੇ ਅਸੀਂ ਸੰਗਤ ਵਿੱਚ ਆ ਕੇ ਬਹਿ ਜਾਂਦੇ ਹਾਂ, ਸਾਨੂੰ ਕਦਰ ਨਹੀਂ ਸੰਗਤ ਦੀ। ਕਿਉਂ? ਕਿਉਂਕਿ ਅਜੇ ਤਾਂ ਫ੍ਰੀ ਵੱਟੇ ਸਾਰਾ ਕੁਛ ਮਿਲੀ ਜਾਂਦਾ ਮਾਲਕ ਨੂੰ। ਜੇ ਤੁਸੀਂ ਸੰਗਤ ਦੀ ਕਦਰ ਪਤਾ ਕਰਨੀ ਹੈ, ਜੇ ਇਹ ਵੇਖਣਾ ਹੈ ਨਾ ਵੀ ਸੰਗਤ ਦੀ ਕਦਰ ਕੀ, ਫਿਰ ਤੁਸੀਂ ਪੁੱਛੋ ਜਾ ਕੇ ਜਿਹੜੇ ਵੈਂਟੀਲੇਟਰਾਂ 'ਤੇ ਇੱਕ ਇੱਕ ਸਾਹ ਨੂੰ ਤਰਸਦੇ, ਉਹਨਾਂ ਨੂੰ ਪੁੱਛੋ ਜਾ ਕੇ ਸੰਗਤ ਦੀ ਕੀ ਕਦਰ ਹੈ। ਤੁਸੀਂ ਮਹੀਨੇ 'ਚ ਇੱਕ ਵਾਰੀ ਹੋਸਪਿਟਲ ਗੇੜਾ ਮਾਰੋ, ਤੁਹਾਡੇ 'ਚੋਂ ਬੜੇ ਭੈਣ ਭਰਾ ਵੀਰ ਸੱਜਣ ਐਸੇ ਹੋਣਗੇ, ਬੜੀਆਂ ਮਾਵਾਂ ਹੋਣਗੀਆਂ, ਪਤਾ ਲੱਗਿਆ ਹੋਏਗਾ ਵੀ ਮੜੋਲੀ ਜੱਜ ਦੀਵਾਨ ਸੱਜਣੇ ਨੇ, ਬੜੇ ਲੋਕ ਨੇ, ਦਿਲ ਕਰਦਾ ਜਾਣ ਨੂੰ? ਪੁੱਛੋ ਉਹਨਾਂ ਨੂੰ, ਕਹਿੰਦੇ ਦਿਲ ਤਾਂ ਕਰਦਾ। ਫਿਰ ਜਾਂਦੇ ਕਿਉਂ ਨਹੀਂ? ਲੱਤਾਂ ਨਹੀਂ ਜਾਂਦੀਆਂ, ਬੈਠਿਆ ਨਹੀਂ ਜਾਂਦਾ, ਰੋਗ ਲੱਗ ਗਏ। ਇੱਕ ਇੱਕ ਸਾਹ ਨੂੰ ਉਹ ਵੈਂਟੀਲੇਟਰਾਂ ਤੇ ਪਏ ਪੀਜੀਆਈ ਵਰਗੇ ਹੋਸਪਿਟਲਾਂ 'ਚ ਤਰਸਦੇ ਨੇ ਲੋਕ। ਤੇ ਚੇਤੇ ਰੱਖਿਓ, ਜਦੋਂ ਮਹਾਰਾਜ ਜੀ ਦੇ ਘਰ ਵਿੱਚ ਆ ਗਏ, ਜਦੋਂ ਮਹਾਰਾਜ ਦੇ ਚਰਨਾਂ 'ਚ ਆ ਗਏ, ਜਦੋਂ ਜੁੜ ਗਏ, ਉਦੋਂ ਆਏ ਕਿਹਾ ਕਰੋ ਸੱਚੇ ਪਾਤਸ਼ਾਹ, ਸਾਡੇ ਵਰਗੇ ਕਰੋੜਾਂ ਲੋਕ ਤੇਰੇ ਚਰਨਾਂ 'ਚ ਆਉਣ ਨੂੰ ਤਰਸਦੇ ਨੇ, ਅਸੀਂ ਭਾਗਾਂ ਵਾਲੇ ਹਾਂ, ਸਾਨੂੰ ਆਪਣੇ ਚਰਨਾਂ 'ਚ ਪਾ ਲਿਓ, ਇਹ ਸ਼ੁਕਰ ਹੈ ਮਹਾਰਾਜ ਦਾ। ਔਰ ਚੇਤੇ ਰੱਖਿਓ, ਕਈ ਕਹਿਣਗੇ ਗੁਰੂ ਕੀ ਹਜ਼ੂਰੀ 'ਚ ਤਾਂ ਕੋਈ ਵੀ ਆ ਸਕਦਾ, ਐਂ ਨਹੀਂ ਕੋਈ ਵੀ ਆ ਸਕਦਾ, ਮਹਾਰਾਜ ਆਪਣੇ ਆਪਣੇ ਨੇੜੇ ਹਰ ਇੱਕ ਬੰਦੇ ਨੂੰ ਨਹੀਂ ਲਾਉਂਦੇ, ਸੰਗਤ ਹਰੇਕ ਦੇ ਭਾਗਾਂ 'ਚ ਨਹੀਂ। ਕਰੋੜਾਂਪਤੀ ਬੰਦੇ, ਅਰਬਾਂਪਤੀ ਬੰਦੇ ਆਪਣੀਆਂ ਅੱਖਾਂ ਨਾਲ ਵੇਖੇ ਨੇ। ਸੁਣਿਓ, ਮੈਂ ਜਦੋਂ ਵਿਦੇਸ਼ ਗਿਆ ਸੀ, ਇੱਕ ਬੰਦੇ ਦਾ 200 ਕਿੱਲਾ ਜ਼ਮੀਨ ਦਾ, ਮਿਲੀਅਨ ਟ੍ਰਿਲੀਅਨ ਦਾ ਮਾਲਕ, ਬਹੁਤ ਮਾਇਆ ਬਣਾਈ। ਜਦੋਂ ਕੋਲ ਆਇਆ, ਦਿਲ 'ਤੇ ਹੱਥ ਰੱਖ ਕੇ ਕਹਿੰਦਾ, ਕਹਿੰਦਾ ਬਾਬਾ ਜੀ, ਇੱਥੇ ਆ ਕੇ ਕਹਿੰਦਾ ਸੱਤ ਸਮੁੰਦਰੋਂ ਪਾਰ ਇੰਨੀ ਮਿਹਨਤ ਕੀਤੀ, ਇੰਨਾ ਪੈਸਾ, ਐਡਾ ਘਰ, ਇੰਡੀਆ ਦੇ 5-7-10 ਕਰੋੜ ਰੁਪਈਏ ਦਾ ਉਹਦਾ ਘਰ ਹੋਏਗਾ, ਕੋਈ ਸਹੂਲਤ ਐਸੀ ਨਹੀਂ ਜਿਹੜੀ ਮੇਰੇ ਘਰ 'ਚ ਨਾ ਹੋਵੇ। ਬਾਬਾ ਜੀ, ਮੈਂ ਦੁਖੀ ਬਹੁਤ ਰਹਿੰਦਾ। ਮੈਂ ਕਿਹਾ, ਹੁਣ ਇੰਨੀ ਮਾਇਆ, ਇੰਨਾ ਸਾਰਾ ਕੁਛ, ਫੇਰ ਦੁੱਖ ਕਿਉਂ ਤੈਨੂੰ? ਕਹਿੰਦਾ, ਬਾਬਾ ਜੀ, ਜਦੋਂ ਮੈਂ ਕਿਤੇ ਵਾਹਿਗੁਰੂ ਵਾਹਿਗੁਰੂ ਕਰਨ ਬਹਿੰਦਾ ਨਾ, ਰੋ ਰੋ ਕੇ ਕਹਿੰਦਾ, ਕਹਿੰਦਾ ਮੇਰਾ ਦਿਲ ਹੀ ਨਹੀਂ ਲੱਗਦਾ, ਮਨ ਨਹੀਂ ਲੱਗਦਾ, ਇੰਨਾ ਕੁਛ ਬਣਾ ਲਿਆ, ਮੇਰੇ ਕਰਮਾਂ ਵਿੱਚ ਵਾਹਿਗੁਰੂ ਦਾ ਪਿਆਰ ਨਹੀਂ ਲਿਖਿਆ, ਮੈਨੂੰ ਕੋਈ ਜੁਗਤੀ ਦੱਸੋ, ਮੇਰਾ ਮਨ ਲੱਗੇ,
चेते रखियो जिस आनंद विच तुसी बैठे हो, जिस मौज विच तुसी बैठे हो, जिस गुरु की हजूरी च तुसी बैठे हो, वो गुरमुखो अरबा खरबा प्रति लोग जेड़े ने वो बैठने को तरसते ने पर महाराज नेड़े नहीं लाते, महाराज नेड़े नहीं लाते, गुरु की हजूरी जाना। संत ज्ञानी गुरबचन सिंह जी खालसा पिंडराले महापुरुष, वो महापुरुष बचन करते सी कहिंदे जे लखां दे हिसाब नाल कर्म चंगे होण साडे, लखां दे हिसाब नाल कर्म चंगे होण फिर की होएगा, फिर कहिंदे सरदारां दे घर विच जन्म मिलदा है, सिखां दे घर च। जे करोड़ां दे हिसाब नाल कर्म चंगे होण फिर कहिंदे गुरु की संगत ते कलगी धर गुरु गोबिंद सिंह दा प्यार मिलदा है, नहीं जणा खणा गुरु गोबिंद सिंह दा प्यार नहीं लै सकदा, हर कदे हिस्से नहीं आया। ते साध संगत इत्थे जदों आ हुण चार दिनां दा समागम होया है, इत्थे दा समझाया ही इही कुछ जांदा है, वेखो ना कोई माया इकट्ठी करनी, ना वडियाई इकट्ठी करनी, ना शोभा इकट्ठी करनी, इत्थे आउण दा बहण दा इक्को एक मकसद है गुरु दे प्यार विच गुरु दे चरणां नाल कोई साडे विच टुटिया ते जुड़ जावे। ते इत्थे तां दिन रात इही आवाज दित्ती जांदी है, उठ जाग मुसाफिर वे सवास लंघे जांदे ने, समा लंघदा जांदा है, वेखी किते जाई ना गवानी समा, बोलियो सारियां मावां ते सारे भाई नाल नाल, उठ जाग मुसाफिर वे ओ तेरी कठड़ी लुट ली चोरा, उठ जाग मुसाफिर वे तेरी कठड़ी लुट ली चोरा, उठ जाग मुसाफिर वे तेरी कठड़ी लुट ली चोरा, जाग मुसाफिर वे तेरी कठड़ी लुट ली चोरा, उठ जाग मुसाफिर वे तेरी कठड़ी लुट ली चोरा, जाग मुसाफिर वे तेरी कठड़ी लुट ली चोरा। ए चवी हजार रुपया, ए चवी हजार रुपया सतगुरु कलगी धर गुरु गोबिंद सिंह दा तरस है, ये अरदास करो महाराज साडी झोली विच खंडे वाटे दी दात पा दे, अमृत दी दात मिल जाए, ये गुरु गोबिंद सिंह महाराज ने बख्शिश साडे ते कीती, नवेकलापन न्यारापन अपने खालसे नूं दिता। सतसंग जी जदों भाई जैता जी सुनियो, भाई जैता जी जदों महाराज का शीस लैके आए ना, गुरु तेग बहादुर साहब महाराज का आनंदपुर साहब की धरती से जो आए, जिथे कीरतपुर साहब है उत्थे रुक गए, कीरतपुर साहब जो महाराज रुके, गुरु तेग बहादुर साहब का शीस लेके भाई जैता जी रुके ने, कहिंदे सुनेहा भेजिया कलगी धर गुरु गोबिंद सिंह महाराज नू, कलगिया वालियां नू सुनेहा भेजदे ने, सच्चे पातशाह
चांदनी चौक विच तुहाडे पिता दा शीस कतल कीता है, सिर धड़ तो जुदा कीता है, तुहाडे पिता दा शीस लेके आए हां। सुनिया भाई जैता जी आए गलवकड़ी च सिर लिया महाराज का, गोबिंद राय जी तुरे आउंदे ने, जदों तुरदे आउंदे ने ते आउंदे आउंदे पुछिया महाराज आखण लगे कहिंदे भाई जैता जी कहिंदे मेरे पिता गुरु तेग बहादुर साहब महाराज, मेरे पिता गुरु नानक दे घर की गद्दी दे नौवें मालक। वो भाई जैतिया ऐडे वड्डे सतगुर होण, ऐडा वड्डा बादशाह होवे, कहिंदे आम बंदा चढ़ाई कर जांदा है, आम बंदा कोई शरीर छड़ जांदा है, पंज दस पंजाह बंदे उंदे पिछे तुरदे ने, मेरा पिता गुरु तेग बहादुर साहब महाराज गुरु नानक दे घर दी गद्दी दी नौवीं जोत, वो शहीदी हो गई ठीक है, पर शीस कल्ला ही लैके आ गया। तेनू बंदा ना मिले उठे, तेनू सिख ना मिलिया जेड़ा मेरे पिता दे नाल आ जांदा। हाथ जोड़ के भाई जेता जी ने पता की आखिया, कहने महाराज तुहाडे चरणा च बेनती करा की बेनती, मेरे पिता दा शीस कल्ला लेके आ गया है, तेनू मिलिया ना कोई उठे। हाथ जोड़ के पता की आखिया, इको गल कही, कहने महाराज जदों तुहाडे पिता दा सिर धड़ तो जुदा करन दा हुक्म होया, ये नीवी दिल्ली दी धरती ते सिख नहीं सी, सिख बड़े सी उत्थे, उत्थे अपनी संगत बड़ी सी महाराज, उत्थे सिखां दी घाट नहीं सी, जदों सिर धड़ तो जुदा करन लगे ओ सच्चे पातशाह मैनू भय आउंदा सी बुलाउण लग्गिया, मैनू डर लगदा सी बुलाउण लग्गिया, कहिंदे डर किस गल दा, भय किस गल दा, कहिंदे बंदे संगत बड़ी सी महाराज, उत्थे ए पछाणना औखा होया पिया सी केड़ा अपना है ते केड़ा बगाना है, ए नहीं सी पता लगदा, तां तां मैं बुलाया नहीं किसे नूं महाराज, अपने सिखां दी कोई पछाण थोड़ा है, अपने सिखां दी कोई होंद थोड़ा है, कोई वखरा रुतबा थोड़ा है, कोई वखरी पछाण थोड़ा है अपनी, जिदां दे आम लोग घूमदे सी उदां दे अपने सी, तां ही तां मैं किसे नूं बुला नहीं सकिया। सुणियो उस वेले कलगीधर गुरु गोबिंद सिंह महाराज वीर रस विच आए ते आके महाराज ने आखिया, कहिंदे गल सुन भाई जैतिया, जे तू ए गल कहिंदा है, ध्यान दियो, जे तू ए गल करदा है मेरे पिता दा शीस कल्ला लैके आया ते तो सिख नहीं पछाणिया गया। उस वेले वीर रस विच आके कलगियां वाले महाराज गोबिंद राय बोले, कहिंदे जैतिया आउण दे 1699 दी वसाखी, फिर केड़ा महाराज ने 1699 दी वसाखी आउण दे तू कहिंदा है उत्थे सिख नहीं पछाणिया गया, तू कहिंदा है उत्थे सिख दी पछाण नहीं होई, इहने विसाखी आउण दे मारे की होएगा, विसाखी की करोगे, गल सुन भाई जैतिया, 1699 दी विसाखी नूं अपने सिखां नूं मैं ऐसा रंग चढ़ा देंगा, तू कहिंदा दिल्ली च पछाणिया नहीं गया, ऐसी सरदारी देंगा, ऐसा रंग चढ़ावांगा, ऐसा रुतबा दे देंगा, एक दो चार पांच दस चो नहीं, जे लखां विचों मेरा एक सरदार खड़िया होएगा ना उनकी पछाण वखरी होएगी। वाह वाह, उनकी पछाण वखरी होएगी, एक दो चार चो नहीं लखां चो खड़िया होएगा, की करोगे महाराज ऐसा, ਬਾਜਾਂ ਵਾਲੇ ਬੋਲੇ ਸੀ ਫਿਰ ਉਸ ਵੇਲੇ, ਉਹ ਜਿਹੜਾ ਲੱਖਾਂ ਵਿੱਚੋਂ ਦਿਸੇ
ਸੁਨੇਹੇ ਭੇਜੋ। ਸੁਣਿਓ ਕੱਲੇ ਕੱਲੇ ਦੇ ਘਰ ਚ ਜਿੱਥੋਂ ਤੱਕ ਗੁਰੂ ਨਾਨਕ ਦੀਆਂ ਸੰਗਤਾਂ ਰਹਿੰਦੀਆਂ ਸਾਰਿਆਂ ਨੂੰ ਸੱਦੋ ਆਨੰਦਪੁਰ ਸਾਹਿਬ, ਧਿਆਨ ਦਿਓ। ਇੱਕ ਇੱਕ ਬੰਦੇ ਦੇ ਘਰ ਵਿੱਚ ਸੁਨੇਹਾ ਭੇਜਿਆ। ਸੁਣਿਓ ਆਨੰਦਪੁਰ ਸਾਹਿਬ ਦੀ ਧਰਤੀ ਤੇ 1699 ਦੀ ਵਿਸਾਖੀ ਵਾਲੇ ਦਿਨ ਸੁਨੇਹੇ ਭੇਜੇ। ਲੋਕ ਵਹੀਰਾਂ ਘੱਤ ਕੇ ਆਉਣ ਲੱਗ ਗਏ, ਦੂਰੋਂ ਦੂਰੋਂ ਆਉਣ ਲੱਗ ਗਏ। ਕਹਿੰਦੇ 80,000 ਦਾ ਇਕੱਠ ਹੋਇਆ। ਸੁਣਿਓ 80,000 ਬੰਦੇ ਦਾ ਇਕੱਠ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਦੇ। ਕਹਿੰਦੇ ਕਰਨਾ ਕੀ ਮਹਾਰਾਜ ਨੇ, ਐਡਾ ਇਕੱਠ ਅੱਜ ਤੱਕ ਤਾਂ ਕਦੇ ਸੱਦਿਆ ਨਹੀਂ, ਅੱਜ ਕਿਉਂ ਬੁਲਾਇਆ? ਕਹਿੰਦੇ ਇਹ ਨਹੀਂ ਪਤਾ, ਇਹ ਗੁਰੂ ਗੋਬਿੰਦ ਸਿੰਘ ਹੀ ਦੱਸਣਗੇ ਕਿਉਂ ਸੱਦਿਆ। ਐ ਨਾ ਬੜੀ ਵੱਡੀ ਸਟੇਜ ਲੱਗੀ, ਉੱਤੇ ਲੱਗੇ ਤੰਬੂ, 80,000 ਦਾ ਇਕੱਠ, ਵਾਜਾ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਸਤਸੰਗ ਜੀ ਸਟੇਜ ਦੇ ਉੱਤੇ ਆਉਣਾ ਹੈ, ਸੰਗਤਾਂ ਨੂੰ ਦਰਸ਼ਨ ਦੇਣੇ ਨੇ। ਆਏ ਸੰਗਤਾਂ ਸਜੀਆਂ ਬੈਠੀਆਂ, ਇੱਕ ਦੂਜੇ ਨੂੰ ਪੁੱਛਦੇ ਨੇ, ਸਾਰੇ ਜਾਣਦੇ ਹੋ, ਇੱਕ ਦੂਜੇ ਨੂੰ ਪੁੱਛਦੇ ਨੇ ਉਹ ਤੈਨੂੰ ਪਤਾ ਕਿਉਂ ਸੱਦਿਆ? ਕਹਿੰਦੇ ਨਾ, ਤੁਹਾਨੂੰ ਪਤਾ ਇਹ ਗੁਰੂ ਗੋਬਿੰਦ ਸਿੰਘ ਕਿਉਂ ਸੱਦ ਰਹੇ ਨੇ? ਅੱਗੇ ਤਾਂ ਕਦੇ ਨਹੀਂ ਸੱਦਿਆ ਇੱਡਾ ਵੱਡਾ ਇਕੱਠ। ਸੁਣਿਓ ਟਿਕਟ ਕੀ ਲਗਾ ਕੇ ਸਾਰੇ ਸਟੇਜ ਵੱਲ ਵੇਖਦੇ ਨੇ, ਗੁਰੂ ਗੋਬਿੰਦ ਸਿੰਘ ਹੁਣ ਵੀ ਆਏ, ਹੁਣ ਵੀ ਆਏ, ਸਭ ਦੇ ਨਿਗਾਹ ਸਟੇਜ ਤੇ। ਗੁਰਮੁਖੋ ਕੋਈ ਪਲਕ ਨਹੀਂ ਝਪਕਦਾ, ਸਭ ਦੀਆਂ ਸਮਾਧੀਆਂ ਸਿੱਧੀਆਂ ਧੋਣਾ, ਹੁਣ ਵੀ ਆਉਣ ਮਹਾਰਾਜ ਦਰਸ਼ਨ ਦੇਣ ਸਾਨੂੰ। ਕਹਿੰਦੇ ਜਦੋਂ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਆਉਣ ਦਾ ਸਮਾਂ ਹੋਇਆ, ਇੱਕ ਹਜ਼ੂਰੀਆ ਸਿੱਖ ਮਹਾਰਾਜ ਦਾ ਪਹਿਰੇਦਾਰ ਬੋਲਦਾ ਹੈ, ਕਹਿੰਦਾ ਗੁਰੂ ਕੀ ਇਹ ਸੰਗਤੇ ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਾਰੀਆਂ ਸੰਗਤਾਂ ਵਿੱਚ ਤਸ਼ਰੀਫ ਲੈ ਕੇ ਆ ਰਹੇ ਨੇ। ਕਹਿੰਦੇ ਉਸ ਵੇਲੇ ਵਾਜਾ ਵਾਲੇ ਮਹਾਰਾਜ ਆਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਅੱਜ ਤੇਜ ਚੱਲਿਆ ਨਹੀਂ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਏ ਨਾ, ਵੀਰ ਰਸ ਵਿੱਚ ਮਹਾਰਾਜ ਦਾ ਚਿਹਰਾ ਵੇਖਿਆ ਨਹੀਂ ਜਾਂਦਾ ਮਹਾਰਾਜ ਵੱਲ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਆਏ, ਐਸਾ ਜਾਹੋ ਜਲਾਲ ਸਾਰੇ ਪੰਡਾਲ ਚ ਸਨਾਟਾ ਛਾ ਗਿਆ। ਕੀ ਵੇਖਦੇ ਨੇ ਸਾਰੇ? ਲਸ਼ਕਾਰੇ ਪੈਂਦੇ ਚੱਕਰਾਂ ਦੇ, ਲਸ਼ਕਾਰੇ ਪੈਂਦੇ ਮੰਦੇ ਆਏ ਹੋ ਅੱਜ ਤੱਕ? ਹਾਂ ਮਹਾਰਾਜ। ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ, ਅੱਜ ਮੈਂ ਮੰਗਾਂਗਾ, ਮਹਾਰਾਜ ਬੋਲ ਮੈਂ ਮੰਗਾਂਗਾ, ਹੱਥ ਜੋੜ ਕੇ ਸੰਗਤਾਂ ਪਤਾ ਕਹਿੰਦੀਆਂ, ਫਿਰ ਮਹਾਰਾਜ ਮੰਗੋ ਕੀ ਮੰਗਦੇ ਹੋ? ਸਾਡਾ ਤਨ ਮਨ ਧਨ ਸਭ ਕੁਝ ਤੁਹਾਡਾ ਹੀ ਹੈ, ਤੁਸੀਂ ਹੁਕਮ ਕਰੋ। ਮਹਾਰਾਜ ਕਹਿੰਦੇ ਅੱਜ ਮੈਂ ਮੰਗੂ, ਸੰਗਤਾਂ ਆਪਸ ਵਿੱਚ ਗੱਲਾਂ ਕਰਦੀਆਂ, ਕੋਈ ਕਹਿੰਦਾ ਜੇ ਕਲਗੀ ਮੰਗੀ ਮੈਂ ਲਿਆ, ਜੇ ਘੋੜਾ ਮੰਗ ਲਿਆ ਮੈਂ ਲਿਆ, ਜੇ ਮਹਾਰਾਜ ਨੇ ਕਿਹਾ ਵੀ ਜ਼ਮੀਨ ਆਪਣੇ ਵਾਲੀ ਨਾ ਕਰਾਓ, ਜ਼ਮੀਨ ਅਸੀਂ ਭੇਟਾ ਕਰ ਦਿਆਂਗੇ, ਜੋ ਮੰਗਣਗੇ ਦੇ ਦਿਆਂਗੇ।
महाराज कहते अज मैं मंगागा, संगत हाथ जोड़ के कहनी महाराज मंगो की मंगते हो, महाराज कहने मैं मजाक नहीं करता अज मंगना है, सतगुरु तुसी हुक्म करो, सब कुछ है ही तुहाडा, दिता ही सारा कुछ तुहाडा खाने आ। सुनियो उस वेले कलगी तर गुरु गोबिंद सिंह महाराज अपनी म्यान विचों कट कट तलवार गर्जवी आवाज विच बोले, कहिंदे संगते मैनू कलगी घोड़ा जमीन किसे पदार्थ की भुख नहीं, कहिंदे अज मैनू एक सिर चाहिए, एक सिर। जदों सिर दी मंग कीती सन्नाटा छा गया, केड़ा बोल कलगी तार गुरु गोबिंद सिंह महाराज बोलते ने, कोई उठ के संगत चो आवे एक सिर की लोड़ है, 80,000 का कट्ठे तुहाडे चो उठो कोई सिर चाहिए, कोई उठ के संगत चो आवे एक सिर चाहिए, उठ के संगत चो आवे एक सिर चाहिए, जो आवे एक सिर चाहिए, उठ के संगत चो आवे एक सिर चाहिए, उठ के संगत चो आवे एक सिर चाहिए, उठ के संगत चो आवे एक सिर चाहिए, कोई उठ के संगत चो आवे एक सिर चाहिए, 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 उठ के संगत चो आवे एक सिर चाहिए। महाराज गर्जन की आवाज में बोले, कहिंदे एक सिर दी लोड़ है, आओ उठ के, कोई भी नहीं उठिया, हुण सिर किहड़ा दवे। महाराज आखण लगे कलगियां वाले, कहिंदे गुरु नानक तो लैके मेरे तक पढ़दे आए हो, तुहाडे चो एक भी बंदा नहीं, सिर दी वारी आई तां सारे पासे सन्नाटा छा गया। सुनियो महाराज फिर गर्जनी आवाज विच बोले, कहिंदे इक सिर दी लोड़ उठे तुहाडे चो, दूसरी आवाज मारी फिर उठे सी भाई दया राम जी, गल च पल्ला पाया हाथ जोड़े, ऐ हाथ जोड़ के कहिंदे कहने महाराज पहला तो मैनू माफ करो, मैनू माफ कर दियो, मैं तुहाडे दो बार बोलण ते उठिया नहीं, मैनू माफ करियो। गल विच पल्ला पा के कहिंदे महाराज जी मेरा है ही कख नहीं, लाहौर दे रहण वाला मैं, मेरा तन भी मन भी धन भी सब कुछ तुहाडा है, महाराज मेरा सिर हाजर है। सुनियो महाराज मेरा सिर हाजर है, कलगीधर गुरु गोबिंद सिंह बारे पता की कहिंदे, कहिंदे दया सिंघा मैं मजाक नहीं करता, जे तेनू ये भुलेखा होवे, संगत नू भुलेखा होवे भी मैं परख पाउणी, परख कोई नहीं, मैं मजाक नहीं करता, जे मैं कहिया भी सिर लैणा है ते तड़ तो जुदा करना है, इहने महाराज है ही तुहाडा, मेरा हुंदा तो मैं कहिंदा तुहाडे हाजर है। सुनियो महाराज ने स्टेज ते बुलाया भाई दया राम नू, बांह तो फड़ के खिच के अंदर लै गए वीर रस विच, कलगी तर गुरु गोबिंद सिंह महाराज ने म्यान चो कढ़ी सी तलवार, कहिंदे भाई दया सिंह दे धड़ ते एडी जोर नाल वार कीता, सिर धड़ तो जुदा करके निबड़ी खून दी तलवार लैके फिर बार आ गया महाराज। जदों हुण सिर धड़ तो जुदा होएगा ते खून दे फुहारे चलण, स्टेज ते खून लिपड़ी फिरी साफ, जदों महाराज लेके आए अज कहिंदे कलगी तर गुरु गोबिंद सिंह दा प्रताप झल्लिया नहीं जांदा, महाराज कहिंदे एक सिर होर चाहीदा है, एक तां धड़ जुदा करता, एक सिर होर चाहीदा है, 80,000 दे कट्ठ चों 40,000 रह गया, भज गए अद्धे। माता गुजर कौर जी नूं जाके शिकायत कीती, ओ माता जी ओ तुहाडा लाल
ਉਹ ਮਾਤਾ ਜੀ ਗੁਰੂ ਨਾਨਕ ਤੋਂ ਲੈ ਕੇ ਹੁਣ ਤੱਕ ਉਹ ਮਾਤਾ ਜੀ ਸਾਰੇ ਪ੍ਰੇਮ ਨਾਲ ਸਿੱਖੀ ਅੱਗੇ ਵਧਾਉਂਦੇ ਆਏ ਨੇ। ਤੁਹਾਡਾ ਲਾਲ ਤਾਂ ਮਾਰਨ ਲੱਗ ਪਿਆ, ਸਿਰ ਧੜ ਤੋਂ ਜੁਦਾ ਕਰਨ ਲੱਗ ਗਿਆ। ਮਾਤਾ ਗੁਜਰ ਕੌਰ ਜੀ ਪਤਾ ਕੀ ਕਹਿੰਦੇ, ਇਹਨੇ ਮੈਨੂੰ ਮੇਰੇ ਲਾਲ ਤੇ ਭਰੋਸਾ, ਮੇਰਾ ਲਾਲ ਮਾਰਦਾ ਨਹੀਂ, ਮੇਰਾ ਲਾਲ ਤਾਂ ਤਾਰਦਾ। ਮੇਰਾ ਲਾਲ ਤਾਰਦਾ। ਭਾਈ ਦਇਆ ਰਾਮ ਜੀ, ਭਾਈ ਹਿੰਮਤ ਰਾਏ ਦੂਜੀ ਆਵਾਜ਼ ਮਾਰੀ, ਉੱਠ ਕੇ ਖੜੇ ਹੋ ਗਏ। ਭਾਈ ਧਰਮ ਚੰਦ ਹੱਥ ਜੋੜੇ, ਮਹਾਰਾਜ ਮੇਰਾ ਸਿਰ ਹਾਜ਼ਰ ਹੈ। ਜਦੋਂ ਮਹਾਰਾਜ ਨੇ ਪਹਿਲਾ ਸਿਰ ਮੰਗਿਆ, ਦੂਜਾ ਸਿਰ ਮੰਗਿਆ, ਵਾਰੋ ਵਾਰੀ ਪੰਜ ਸਿਰ ਮੰਗੇ ਕਲਗੀਧਰ ਮਹਾਰਾਜ ਨੇ, ਪੰਜ ਸਿਰ। ਭਾਈ ਧਰਮ ਚੰਦ ਹਿੰਮਤ ਰਾਏ, ਮੋਹਕਮ ਚੰਦ ਭਾਈ ਸਾਹਿਬ ਜਦੋਂ ਆਏ, ਉੱਠ ਕੇ ਹੱਥ ਜੋੜ ਕੇ ਖੜੇ ਹੋ ਗਏ, ਪੰਜ ਸਿਰ ਲਏ, ਪੰਜਾਂ ਦੇ ਸਿਰ ਧੜ ਤੋਂ ਜੁਦਾ ਕਰਦੇ। ਸੁਣਿਓ, ਜਦੋਂ ਪੰਜਾਂ ਦੇ ਸਿਰ ਧੜ ਤੋਂ ਜੁਦਾ ਕੀਤੇ ਅੰਦਰ ਲੈ ਗਏ, ਕਹਿੰਦੇ ਉਸ ਵੇਲੇ ਨਾ ਤੰਬੂ ਦੇ ਵਿੱਚ ਕਲਗੀਆਂ ਵਾਲੇ ਤੇ ਪੰਜ ਸਿੰਘ, ਸਰਬਲੋਹ ਦਾ ਬਾਟਾ ਨਾਲ ਕਲਗੀਆਂ ਵਾਲਿਆਂ ਨੇ ਲਿਆ ਖੰਡਾ, ਜਿਨ੍ਹਾਂ ਦੇ ਸਿਰ ਧੜ ਤੋਂ ਜੁਦਾ ਕੀਤੇ ਸੀ। ਉਹ ਜੁਦਾ ਕਾਹਦੇ ਕੀਤੇ ਸੀ? ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਖਾਲਸੇ ਨੂੰ ਆਪਣਾ ਰੂਪ ਐਸਾ ਦੇਣਾ ਸੀ। ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਵਿੱਚ ਪੰਜ ਬਾਣੀਆਂ ਪੜੀਆਂ, ਸਤਲੁਜ ਦਰਿਆ ਦਾ ਜਲ ਪਾਇਆ ਗਿਆ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਹੋ ਗਿਆ ਨਾ, ਪੰਜਾਂ ਨੂੰ ਐ ਲੈ ਜਗੜਾ ਲਿਆ, ਸਿਰ ਧੜ ਤੋਂ ਜੁਦਾ ਕੀਤੇ, ਸਿਰ ਲਏ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਈ ਕਹਿੰਦੇ ਉੱਥੇ ਬੱਕਰੇ ਝਟਕਾਏ ਸੀ, ਜਿਹੜੇ ਸਿਰ ਧੜ ਤੋਂ ਜੁਦਾ ਹੋ ਗਏ ਦੁਬਾਰਾ ਲੱਗ ਕਿਵੇਂ ਸਕਦੇ ਨੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪ੍ਰਭ ਭਾਵੈ ਬਿਨ ਸਾਸ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ ਕਲਗੀਆਂ ਵਾਲੇ, ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ, ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਨੇ। ਸੁਣਿਓ, ਕੇਸਾਂ ਚ ਅੰਮ੍ਰਿਤ ਪਾਇਆ, ਨੇਤਰਾਂ ਚ ਅੰਮ੍ਰਿਤ ਪਾਇਆ, ਮੁੱਖ ਚ ਅੰਮ੍ਰਿਤ ਪਾਇਆ, ਨਾਲ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਨਾਰਾ ਦਿੱਤਾ, ਕਹਿੰਦੇ ਅੰਮ੍ਰਿਤ ਛਕਾ ਕੇ ਵਾਜਾਂ ਵਾਲੇ ਸਤਿਗੁਰਾਂ ਨੇ 1699 ਦੀ ਵਿਸਾਖੀ ਨੂੰ ਪੰਜ ਕਕਾਰ ਦਿੱਤੇ। ਪੰਜ ਕਕਾਰ ਦਿੱਤੇ, ਕੇਸ, ਕਸ਼ਹਿਰਾ, ਕੜਾ, ਕਿਰਪਾਨ, ਵਾਜਾਂ ਵਾਲੇ ਦਸ਼ਮੇਸ਼ ਪਿਤਾ ਨੇ। ਸਾਧ ਸੰਗਤ ਜਦੋਂ ਆਏ, ਤਿਆਰ ਪਰ ਤਿਆਰ ਹੋ ਗਏ ਪੰਜ ਪਿਆਰੇ, ਉਸ ਵੇਲੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਖਾਲਸਾ ਜੀ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦਿੱਤਾ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਅੱਜ ਤੋਂ ਬਾਅਦ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਤੁਹਾਡੇ ਵਿੱਚ ਵਰਤਾਂ, ਆਪਣੇ ਖਾਲਸੇ ਨੂੰ ਪਿਆਰ ਦਿੱਤਾ ਹੈ। ਤਿਆਰ ਪਰ ਤਿਆਰ ਕਰਕੇ ਸੋਹਣੇ ਬਾਣੇ ਪਵਾ ਕੇ, ਉਹ ਦਸਤਾਰੇ ਸਜਾ ਕੇ ਜਦੋਂ ਮਹਾਰਾਜ ਸਟੇਜ ਤੇ ਲੈ ਕੇ ਆਏ ਨਾ, ਸੁਣਿਓ, ਪੰਜਾਂ ਪਿਆਰਿਆਂ ਨੂੰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਜਦੋਂ ਪੰਜਾਂ ਨੂੰ ਐਂ ਲੈ ਕੇ ਆਏ ਨਾ, ਉਹ ਗੁਰਮੁਖੋ ਅੱਖਾਂ ਅੱਡੀਆਂ ਰਹਿ ਗਈਆਂ ਸਭ ਦੀਆਂ, ਇੰਨੇ ਸੋਹਣੇ ਸਰੂਪ, ਐਡਾ ਤੇਜ, ਜਦੋਂ ਵੇਖਦੇ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਨੂੰ, ਫਿਰ ਸਾਰੇ ਆਏ ਕਹਿੰਦੇ ਨੇ, ਕਹਿੰਦੇ ਬਚਨ ਕੀਤਾ ਸੀ ਭਾਈ ਜੈਤੇ ਨਾਲ ਮਹਾਰਾਜ ਨੇ, ਐਸਾ ਖਾਲਸਾ ਸਾਜਾਂਗਾ, ਤੂੰ ਕਹਿੰਦਾ ਸੀ ਪਛਾਣਿਆ ਨਹੀਂ ਗਿਆ, ਆਏ ਗਿਆ ਸੀ ਕਲਗੀਧਰ ਐਸਾ ਬਾਣਾ। ਆ ਬੈਠੀਆਂ ਸਾਡੀਆਂ ਲਾਡਲੀਆਂ ਫੌਜਾਂ, ਗੁਰੂ ਕਹਿੰਦੇ ਅੱਗ ਸਿੰਘ, ਕਿਤੇ ਨੀਲਾ ਬਾਣਾ, ਕਿਤੇ ਕੇਸਰੀ ਬਾਣਾ, ਕਲਗੀਧਰ ਮਹਾਰਾਜ। ਕਹਿੰਦੇ ਮਹਾਰਾਜ ਜਦੋਂ ਸਟੇਜ ਤੇ ਲੈ ਕੇ ਆਏ ਤੇ ਕੀ ਵੇਖਦੇ ਨੇ, ਉਹ ਸਭ ਦੇ ਇੱਕੋ ਜਿਹੇ ਸੀ ਬਾਣੇ। ਭਾਈ ਜੈਤੇ ਤੋਂ ਪੁੱਛਿਆ ਸੀ ਮੇਰੇ ਪਿਤਾ ਦੇ ਨਾਲ ਕਿਉਂ ਨੀ ਲੈ ਕੇ ਆਇਆ ਕਿਸੇ ਨੂੰ, ਤੇ ਭਾਈ ਜੈਤੇ ਨੇ ਆਖਿਆ ਸੀ ਇੱਕੋ ਜਿਹੇ ਬਾਣੇ ਪਾਈ ਫਿਰਦੇ ਸੀ ਉੱਥੇ ਸਾਰੇ, ਕਿਸੇ ਦਾ ਕੋਈ ਵੱਖਰਾ ਨਹੀਂ ਸੀ, ਸਭ ਦੇ ਇੱਕੋ ਜਿਹੇ ਸੀ ਬਾਣੇ। ਨਾ ਭਾਈ ਜੈਤੇ ਨੇ ਸਿੱਖ ਪਛਾਣੇ,
ਜ਼ਿੰਦਗੀਆਂ ਵਾਲੇ ਇੰਨੇ ਖੁਸ਼ ਕਦੇ ਨਹੀਂ ਵੇਖਿਆ। ਲੋਕੀ ਵਧਾਈਆਂ ਦਿੰਦੇ ਨੇ, ਸੰਗਤਾਂ ਵਧਾਈਆਂ ਦਿੰਦੀਆਂ, ਅੱਜ ਖਾਲਸਾ ਸਾਜਿਆ ਗਿਆ। ਪੜ੍ਹ ਲਿਓ ਪਿਆਰ ਨਾਲ ਗੁਰੂ ਗੋਬਿੰਦ ਸਿੰਘ ਦੇ ਪ੍ਰੇਮ ਵਿੱਚ, ਜਿੰਨੀਆਂ ਮਾਵਾਂ ਜਿੰਨੇ ਭਾਈ ਸਾਰੇ ਬੋਲਿਓ, ਮਹਾਰਾਜ ਕਲਗੀਆਂ ਵਾਲਿਆਂ ਦੀ ਮਹਿਮਾ ਹਰ ਇੱਕ ਰਸਨਾ ਦੇ ਆਵੇ। ਉਹ ਵਿੱਚ ਅਨੰਦਪੁਰੀ ਦੇ ਸਤਿਗੁਰੂ ਬਾਜਾਂ ਵਾਲੇ, ਸਾਰੇ ਉੱਠ ਕੇ ਖੜੇ ਹੋ ਗਏ। ਮਹਾਰਾਜ ਸਾਡਾ ਸਿਰ ਹਾਜ਼ਰ ਹੈ, ਮਹਾਰਾਜ ਸਾਨੂੰ ਸਾਡਾ ਸਿਰ ਹਾਜ਼ਰ ਹੈ। ਉਸ ਵੇਲੇ ਆਖਣ ਲੱਗੇ ਮਹਾਰਾਜ, ਕਹਿੰਦੇ ਪੰਜ ਸਿਰ ਚਾਹੀਦੇ ਸੀ, ਇਹ ਤੋਂ ਵੱਧ ਨਹੀਂ। ਫਿਰ ਮਹਾਰਾਜ ਨੇ ਜਦੋਂ ਪੰਜਾਂ ਨੂੰ ਅੰਮ੍ਰਿਤ ਦਿੱਤਾ ਤੇ ਹੱਥ ਜੋੜ ਕੇ ਖੜ ਗਏ, ਭਾਈ ਦਇਆ ਸਿੰਘ ਜੀ, ਜਿਵੇਂ ਤੁਹਾਨੂੰ ਦਇਆ ਰਾਮ ਤੋਂ ਦਇਆ ਸਿੰਘ ਬਣਾਇਆ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਉਸ ਵੇਲੇ ਮਹਾਰਾਜ ਨੂੰ ਜਦੋਂ ਅੰਮ੍ਰਿਤ ਦੀ ਦਾਤ ਦੇਣ ਲੱਗੇ, ਕਹਿੰਦੇ ਸਤਿਗੁਰੂ ਅਸੀਂ ਸਿਰ ਦਿੱਤੇ ਨੇ, ਤੁਸੀਂ ਕੀ ਦਿਓਗੇ, ਕੀ ਦਿਓਗੇ? ਕਲਗੀਆਂ ਵਾਲੇ ਆਖਣ ਲੱਗੇ, ਇੱਕ ਵਾਰੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਹੱਥ ਜੋੜ ਕੇ ਮਹਾਰਾਜ ਕਹਿੰਦੇ, ਮੈਂ ਤੁਹਾਡੇ ਤੋਂ ਸਾਰਾ ਸਰਬੰਸ ਭੇਟਾ ਕਰ ਦਿਆ। ਜਦੋਂ ਮਹਾਰਾਜ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ, ਫਿਰ ਸਾਰੀ ਸੰਗਤ ਨੂੰ ਹੁਕਮ ਕੀਤਾ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੱਕ ਚਰਨਾਮ੍ਰਿਤ ਦੀ ਮਰਿਆਦਾ ਸੀ, ਤੇ ਅੱਜ ਖੰਡੇ ਬਾਟੇ ਦੇ ਅੰਮ੍ਰਿਤ ਦੀ ਮਰਿਆਦਾ। ਸਾਰੇ ਸ਼ਗੋ ਵਿੱਚੋਂ ਕਈ ਕਹਿੰਦੇ ਕਰਨਾ ਕੀ ਚਾਹੁੰਦੇ ਨੇ, ਮਹਾਰਾਜ ਅੰਮ੍ਰਿਤ ਛਕਾ ਕੇ ਇਹ ਕਰਨਾ ਕੀ ਚਾਹੁੰਦੇ, ਦੱਸਣਾ ਕੀ ਚਾਹੁੰਦੇ ਨੇ, ਹੋਏਗਾ ਕੀ ਅੰਮ੍ਰਿਤ ਨਾਲ? ਭਾਈ ਦਇਆ ਸਿੰਘ ਹੋਣੀ ਪਤਾ ਕੀ ਕਹਿੰਦੇ, ਕਹਿੰਦੇ ਸਾਨੂੰ ਪੁੱਛੋ, ਅਸੀਂ ਅੰਮ੍ਰਿਤ ਪੀਤਾ ਹੈ, ਅਸੀਂ ਅੰਮ੍ਰਿਤ ਛਕਿਆ ਹੈ, ਕਲਗੀ ਧਰ ਪਤਾ ਕੀ ਚਾਹੁੰਦੇ ਨੇ? ਬੱਬਰ ਸ਼ੇਰਾਂ ਨੂੰ ਅੱਜ ਪੈਦਾ ਕਰਨਾ ਜੀ ਪਿਤਾ ਬਾਜਾਂ ਵਾਲੇ ਨੇ, ਬੱਬਰ ਸ਼ੇਰਾਂ ਨੂੰ ਅੱਜ ਪੈਦਾ ਕਰਨਾ ਪਿਤਾ ਬਾਜਾਂ ਵਾਲੇ ਨੇ, ਬੱਬਰ ਸ਼ੇਰਾਂ ਨੂੰ ਅੱਜ ਪੈਦਾ ਕਰਨਾ ਪਿਤਾ ਬਾਜਾਂ ਵਾਲੇ ਨੇ, ਬੱਬਰ ਸ਼ੇਰਾਂ ਨੂੰ ਅੱਜ ਪੈਦਾ ਕਰਨਾ ਜੀ ਪਿਤਾ ਬਾਜਾਂ ਵਾਲੇ ਨੇ, ਬੱਬਰ ਸ਼ੇਰਾਂ ਨੂੰ ਅੱਜ ਪੈਦਾ ਕਰਨਾ ਜੀ ਪਿਤਾ ਬਾਜਾਂ ਵਾਲੇ ਨੇ, ਬੱਬਰ ਸ਼ੇਰਾਂ ਨੂੰ ਅੱਜ ਪੈਦਾ ਕਰਨਾ ਬਾਜਾਂ ਵਾਲੇ ਨੇ।
ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ ਫਿਰ ਐਸਾ ਖਾਲਸਾ ਸਾਜਿਆ, ਸਾਜ ਕੇ ਨਵਾਜਿਆ, ਆਪ ਗੋਬਿੰਦ ਰਾਏ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਤੇ ਚੇਤੇ ਰੱਖਿਓ ਆ ਜਿੰਨੀਆਂ ਮਾਵਾਂ, ਜਿੰਨੇ ਵੀਰ, ਜਿੰਨੇ ਭੈਣ ਭਰਾ ਤੁਸੀਂ ਬੈਠੇ ਹੋ, ਤੁਹਾਡੇ ਸਭ ਦੇ ਚਰਨਾਂ 'ਚ ਬੇਨਤੀ ਹੈ, ਗੁਰੂ ਗੋਬਿੰਦ ਸਿੰਘ ਨੇ ਸਾਨੂੰ ਵੀ ਹੋਵੇ ਅੰਮ੍ਰਿਤ ਛਕਣਾ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਲੜ ਲੱਗਣਾ ਤੇ ਮਾਤਾ ਸਾਹਿਬ ਕੌਰ ਦੀ ਗੋਦ ਦੇ ਸ਼ਿਕਾਰ ਬਣਨਾ। ਸਾਧ ਸੰਗਤ ਜੀ, ਇਹ ਅੰਮ੍ਰਿਤ ਦੀਆਂ ਬਰਕਤਾਂ, ਇਹ ਅੰਮ੍ਰਿਤ ਦੀਆਂ ਪਾਵਨਾ ਸੀ, ਸੁਣਿਓ ਇਹ ਚੇਤੇ ਰੱਖਿਓ ਸਾਧ ਸੰਗਤ ਜੀ, ਇਹ ਅੰਮ੍ਰਿਤ ਦੀ ਬਖਸ਼ਿਸ਼ ਸੀ। ਸਿੰਘ ਦੇਗਾਂ 'ਚ ਖੜ ਗਏ, ਬੰਦ ਬੰਦ ਕਟਾ ਗਏ, ਖੋਪਰ ਲਹਾ ਗਏ, ਆਰਿਆਂ ਥੱਲੇ ਖੜ ਗਏ। ਆ ਜਿੰਨੀਆਂ ਮਾਵਾਂ, ਜਿੰਨੇ ਵੀਰ, ਜਿੰਨੇ ਭੈਣ ਬਜ਼ੁਰਗ, ਤੁਸੀਂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਸਿੱਖ ਇਤਿਹਾਸ, ਸਿੱਖ ਇਤਿਹਾਸ ਕੋਈ ਕਿਤਾਬ ਚੁੱਕ ਲਓ। ਦੁਨੀਆ ਦੀ ਤਵਾਰੀਖ ਵਿੱਚ ਤੁਹਾਨੂੰ ਕਿਤੇ ਵੀ ਇਹ ਸਿੱਖ ਇਤਿਹਾਸ ਬਾਰੇ ਪੜ੍ਹਨ ਸੁਣਨ ਨੂੰ ਮਿਲੇਗਾ ਨਹੀਂ। ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਦਿਲ ਕੱਢ ਕੇ ਉਹਦੇ ਮੂੰਹ 'ਚ ਪਾਇਆ ਜਾਂਦਾ ਹੈ, ਭਾਵੇਂ ਭਾਈ ਮਣੀ ਸਿੰਘ ਦਾ ਬੰਦ ਬੰਦ ਕੱਟਿਆ ਜਾਂਦਾ ਹੈ, ਭਾਵੇਂ ਭਾਈ ਤਾਰੂ ਸਿੰਘ ਦੀ ਖੋਪਰੀ ਲੜੀ ਜਾਂਦੀ, ਭਾਵੇਂ 7 ਤੇ 9 ਸਾਲ ਦੀਆਂ ਜਿੰਦਾਂ ਨੂੰ ਆ ਕੋਤਵਾਲੀ ਸਾਹਿਬ ਤੁਹਾਡੇ ਨੇੜੇ, ਫਤਿਹਗੜ੍ਹ ਸਾਹਿਬ ਦੀ ਧਰਤੀ ਸਾਡੇ ਨੇੜੇ, 7 ਤੇ 9 ਸਾਲ ਦੀਆਂ ਜਿੰਦਾਂ ਨੂੰ ਕੋ ਕੋ ਕੇ ਸ਼ਹੀਦ ਕੀਤਾ ਜਾਂਦਾ ਹੈ, ਇੱਕ ਵੀ ਥਾਂ ਤੇ ਤੁਹਾਨੂੰ ਪੜ੍ਹਨ ਸੁਣਨ ਨੂੰ ਇਹ ਨਹੀਂ ਮਿਲੇਗਾ ਕਿਸੇ ਸਿੰਘ ਨੂੰ ਸ਼ਹੀਦ ਕਰਨ ਲੱਗੇ ਹੋਣ ਤੇ ਉਹ ਅੱਗੋਂ ਕਹਿੰਦਾ ਹੋਵੇ ਵੀ ਮੈਂ ਡਰ ਗਿਆ, ਮੈਂ ਡੋਲ ਗਿਆ, ਮੈਂ ਸਿੱਖੀ ਛੱਡਣ ਲਈ ਤਿਆਰ ਹਾਂ, ਇੱਕ ਵੀ ਨਹੀਂ ਮਿਲੇਗਾ। ਕਿਉਂ? ਇਹ ਗੁਰੂ ਗੋਬਿੰਦ ਸਿੰਘ ਦਾ ਪਿਆਰ ਸੀ, ਇਹ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸੀ। ਤੇ ਚੇਤੇ ਰੱਖਿਓ ਜਿਹੜੇ ਬੰਦੇ ਤਾਂ ਅੰਮ੍ਰਿਤ ਛਕ ਕੇ, ਹੁਣ ਇੱਥੇ ਇੱਦਾਂ ਦੇ ਬੰਦੇ ਵੀ ਆਉਣਗੇ ਨਾ ਬਹੁਤ। ਇੱਕ ਬੰਦੇ ਨੂੰ ਪੁੱਛਿਆ, ਉਹ ਕਹਿੰਦਾ ਬਾਬਾ ਜੀ ਮੈਂ ਅੰਮ੍ਰਿਤ ਛਕਿਆ ਸੀ, ਮੈਂ ਫੇਰ ਛਕ ਲਿਆ, ਫੇਰ ਛਕ ਲਿਆ। ਕਿੰਨੀ ਵਾਰ ਛਕਿਆ? ਕਹਿੰਦਾ 5 ਵਾਰੀ। ਮੈਂ ਕਿਹਾ ਇਹ ਕਿਉਂ ਛਕਿਆ? ਕਹਿੰਦਾ 5 ਪਿਆਰੇ ਸਹੀ ਨਹੀਂ ਲੱਗੇ ਮੈਨੂੰ। ਦੱਸੋ ਕੈਸੀ ਸੋਚ ਹੋ ਗਈ? ਮੈਂ ਵਾਰ ਵਾਰ ਤਾਂ ਛਕੀ ਜਾਣਾ, ਮੈਨੂੰ 5 ਪਿਆਰੇ ਨਹੀਂ ਸਹੀ ਲੱਗੇ। 5-5 ਵਾਰੀ ਅੰਮ੍ਰਿਤ ਛਕ ਕੇ ਫੇਰ ਟੁੱਟਣ ਵਾਲੇ ਕਦੇ ਧਰਮੀ ਨਹੀਂ ਹੋ ਸਕਦੇ। ਇਹ ਚੇਤੇ ਰੱਖਿਓ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਰੰਗ ਚੜ ਗਿਆ, ਜਿਹੜੇ ਗੁਰੂ ਗੋਬਿੰਦ ਸਿੰਘ ਦੇ ਰੰਗ ਵਿੱਚ ਰੰਗੇ ਗਏ, ਉਹ ਬੰਦ ਬੰਦ ਕਟਵਾ ਗਏ ਸੀ।